ਦੇਖੋ ਮਾਰਕੀਟ ਦੇ ਵਿੱਚ ਬਹੁਤ ਸਾਰੇ ਕੰਸਲਟੈਂਟਸ ਜਿਹੜੇ ਨੇ ਆਪਣੇ ਫਾਇਦੇ ਵਾਸਤੇ ਕਹਿ ਰਹੇ ਨੇ ਕਿ ਕੈਨੇਡਾ ਬੰਦ ਹੋ ਚੁੱਕਾ ਹੈ ਜੀ ਰਿਜ਼ਲਟ ਨਹੀਂ ਆ ਰਹੇ ਜਾਂ ਤੁਹਾਨੂੰ ਆਸਟ੍ਰੇਲੀਆ ਜਾਂ ਯੂਕੇ ਅਪਲਾਈ ਕਰਨਾ ਚਾਹੀਦਾ ਹੈ ਜਾਂ 8 8 ਬੈਂਡ ਵਾਲੀਆਂ ਪ੍ਰੋਫਾਈਲਸ ਨਹੀਂ ਵਿਜ਼ਾ ਰਹੇ ਮੈਂ ਇਸ ਨੂੰ ਪੂਰੇ ਤੌਰ ਤੇ ਰਿਜੈਕਟ ਕਰਦਾ ਹਾਂ ਸਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਲਵਪ੍ਰੀਤ ਵਰਮਾ ਫਾਊਂਡਰ ਵੈਨਿਊਰ ਇੰਗਲਿਸ਼ ਅੱਜ ਅਸੀਂ ਗੱਲ ਕਰਾਂਗੇ ਕਿ ਜਿਹੜੇ ਬੱਚਿਆਂ ਨੇ ਫਾਈਲਜ਼ ਲੌਂਚ ਕੀਤੀਆਂ ਉਹਦੇ ਰਿਜ਼ਲਟਸ ਕਦੋਂ ਆ ਰਹੇ ਨੇ ਜਾਂ ਕੀ ਡਿਲੇ ਹੈ ਕਹ ਰਹੇ ਨੇ ਕਿ ਕੈਨੇਡਾ ਬੰਦ ਹੋ ਚੁੱਕਾ ਹੈ ਜੀ ਰਿਜ਼ਲਟ ਨਹੀਂ ਆ ਰਹੇ ਜਾਂ ਤੁਹਾਨੂੰ ਆਸਟ੍ਰੇਲੀਆ ਜਾਂ ਯੂਕੇ ਅਪਲਾਈ ਕਰਨਾ ਚਾਹੀਦਾ ਹੈ ਜਾਂ 8 8 ਬੈਂਡ ਵਾਲੀਆਂ ਪ੍ਰੋਫਾਈਲਸ ਨਹੀਂ ਵਿਜ਼ਾ ਰਹੇ ਮੈਂ ਇਸ ਨੂੰ ਪੂਰੇ ਤੌਰ ਤੇ ਰਿਜੈਕਟ ਕਰਦਾ ਹਾਂ ਦਿਸ ਇਜ਼ ਅ ਰੋਂਗ ਇਨਫੋਰਮੇਸ਼ਨ ਦੇਖੋ ਜਿੰਨਾ ਕੰਸਲਟੈਂਟਸ ਨੇ ਬਹੁਤ ਵੱਧ ਤਾਦਾਦ ਦੇ ਵਿੱਚ 5.5 ਤੇ ਫਾਈਲਾਂ ਲਗਾਈਆਂ ਨਾਨ ਐਸ ਡੀ ਐਸ ਫਾਈਲਾਂ ਲਗਾਈਆਂ ਉਹਨਾਂ ਦੇ ਬਹੁਤ ਵੱਡੇ ਤਾਦਾਦ ਤੇ ਰਿਫਿਊਜ਼ਲਸ ਆ ਰਹੇ ਨੇ ਹੁਣ ਉਹ ਰਿਫਿਊਜ਼ਲਸ ਨੂੰ ਕਿਵੇਂ ਹੈਂਡਲ ਕਰਨਾ ਹੈ ਉਹਨਾਂ ਨੇ ਇਹ ਅਫਵਾਹ ਫਲਾ ਦਿੱਤੀ ਇਹ ਰੂਮਰ ਕ੍ਰੀਏਟ ਕਰ ਦਿੱਤਾ ਕਿ ਜੀ ਕੈਨੇਡੀਅਨ ਐਮਬੈਸੀ ਵੀਜ਼ਾ ਨਹੀਂ ਦੇ ਰਹੀ ਬਲਕਿ ਹੋਇਆ ਕੀ ਕਿ ਉਹਨਾਂ ਦੇ ਵੀਜ਼ਾ ਰਿਫਿਊਜ਼ ਹੋ ਰਹੇ ਨੇ ਬਿਕਾਜ਼ ਉਹਨਾਂ ਨੇ ਨਾਨ ਐਸ ਡੀ ਐਸ ਜਾਂ ਗਲਤ ਤਰੀਕੇ ਨਾਲ ਫਾਈਲ ਲਾਂਚ ਕਰ ਦਿੱਤੀ ਉਸ ਦੀ ਐਸ.ਓ.ਪੀ ਦੇ ਵਿੱਚ ਗੜਬੜ ਸੀ ਇਰ ਰੈਲੇਵੈਂਟ ਕੋਰਸ ਲਗਾ ਦਿੱਤਾ ਜਾਂ ਜਿਹੜੇ ਫਾਈਲਿੰਗ ਵਾਸਤੇ ਮੋਸਟਲੀ ਦੇਖਿਆ ਕਿ ਕਈ ਆਫਿਸਿਸ ਦੇ ਵਿੱਚ ਕੁੜੀਆਂ ਰੱਖੀਆਂ ਹੁੰਦੀਆਂ ਨੇ ਉਹ ਚੱਕ ਚੱਕ ਫਾਈਲਾਂ ਲਗਾਈ ਜਾਂਦੇ ਨੇ ਐਕਸਪਰਟ ਜਿਹੜਾ ਹੁੰਦਾ ਉਹ ਕਿਤੇ ਬੈਠਾ ਹੁੰਦਾ ਟੀਮ ਕਿਤੇ ਬੈਠੀ ਹੁੰਦੀ ਹੈ ਸੋ ਥੇਰ ਇਜ਼ ਅ ਗੈਪ ਰਿਜ਼ਲਟ ਕੀ ਹੁੰਦਾ ਵੀਜ਼ਾ ਰਿਫਿਊਜ਼ਲ ਸੋ ਬਹੁਤ ساری ਜਗ੍ਹਾ ਦੇਖਿਆ ਗਿਆ ਹੈ ਕਿ ਸਟੂਡੈਂਟਸ ਜਸਟ ਫਰੀ ਦੇ ਚੱਕਰ ਦੇ ਵਿੱਚ ਕਿ ਉਹਨਾਂ ਦੀ ਫਾਈਲਿੰਗ ਚਾਰजेस ਨਹੀਂ ਹੈ ਉਹ ਚੱਕ ਕੇ ਵੀਜ਼ਾ ਲਗਵਾ ਲੈਂਦੇ ਕੰਸਲਟੈਂਟ ਤੋਂ ਆਪਣਾ 20 30 ਹਜ਼ਾਰ ਬਚਾਉਣ ਵਾਸਤੇ ਰਿਜ਼ਲਟ ਕੀ ਹੁੰਦਾ ਹੈ ਰਿਫਿਊਜ਼ਲ ਦੇਖੋ ਮੈਂ ਇਹ ਕਹਾਂਗਾ ਕਿ ਪੈਸੇ 20 30 ਹਜ਼ਾਰ ਬਚਾਉਣ ਦੇ ਚੱਕਰ 'ਚ ਤੁਸੀਂ 15 20 25 ਲੱਖ ਦੇ ਨਾਲ ਤੁਸੀਂ ਆਪਣਾ ਰਿਸਕ ਲੈ ਰਹੇ ਹੋ ਮੋਸਟਲੀ ਤੁਹਾਡੀ ਫਾਈਲ ਤੇ ਰਿਫਿਊਜ਼ਲ ਆ ਜਾਂਦਾ ਤਾਂ ਉਹ ਉਸ ਤੋਂ ਵੀ ਵੱਡਾ ਰਿਸਕ ਹੋ ਜਾਂਦਾ ਸੋ ਮੇਕ ਸ਼ੋਰ ਅੱਛਾ ਕੰਸਲਟੈਂਟ ਸਿਲੈਕਟ ਕਰੋ ਔਰ 6 ਬੈਂਡ ਤੋਂ ਥੱਲੇ ਫਾਈਲ ਨਾ ਲਗਾਓ ਅਗਰ ਤੁਸੀਂ +2 ਪਾਸ ਹੋ 6 ਇਚ ਤੇ ਫਾਈਲ ਲਗਾਓ not less than 6 if you are graduated not less than six, overall 6 overall 6.5 ਤੁਹਾਨੂੰ ਕਿਸੇ ਵੀ ਹੈਲਪ ਦੀ ਲੋੜ ਹੈ ਤੁਸੀਂ ਵੈਨਿਊਰ ਇੰਗਲਿਸ਼ ਐਂਡ ਕੰਸਲਟੈਂਸੀ ਨੂੰ ਆਕੇ ਮਿਲ ਸਕਦੇ ਹੋ ਲਾਸਟ ਵੀਕ ਦੇ ਵਿੱਚ ਸਾਡੇ ਦੋ ਵੀਜ਼ਾਸ ਆਏ ਨੇ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਜਿਹੜੇ ਸਾਡੇ ਵੀਜ਼ਾਸ ਨੇ ਇੱਕ ਤਾਂ ਆ ਵੀਜ਼ਾ ਹੈ ਜੀ ਸੈਕਿੰਡ ਵੀਜ਼ਾ ਸਾਡਾ ਆਇਆ ਨਵਦੀਪ ਕੌਰ ਮੋਗਾ ਡਿਸਟ੍ਰਿਕਟ ਤੋਂ ਸੋ ਇਦਾਂ ਨਹੀਂ ਇਹ ਵੀਜ਼ਾ ਨਹੀਂ ਆ ਰਹੇ ਕੈਨੇਡੀਅਨ ਇਵੈਸੈਂਬਸੀ ਬਹੁਤ ਅੱਛਾ ਵੀਜ਼ਾਸ ਦੇ ਰਹੇ ਨੇ ਇਫ ਯੂ ਆਰ ਐਲੀਜੀਬਲ ਤੁਹਾਨੂੰ ਮੈਂ ਅੱਜ ਹੀ ਸਾਡੇ ਕੋਲ ਨਵਦੀਪ ਕੌਰ ਦਾ ਵੀਜ਼ਾ ਪ੍ਰਿੰਟ ਹੋ ਕੇ ਆਇਆ ਜੀ ਤੁਹਾਨੂੰ ਮੈਂ ਉਹਦੀ ਫੋਟੋ ਵੀ ਦਿਖਾ ਦਿੰਦਾ ਸੋ ਅਸੀਂ ਬਹੁਤ ਜੈਨੂਇਨ ਤਰੀਕੇ ਨਾਲ ਹੀ ਕੰਮ ਕਰਦੇ ਆਂ ਵੀ ਡੋਂਟ ਫਾਈਲ ਐਨੀ ਯੂ نو ਰੋਂਗ ਫਾਈਲ ਜਾਂ ਸੀ ਸਾਢੇ 5 ਤੇ ਨਹੀਂ ਫਾਈਲ ਕਰਦੇ ਮੈਂ ਹਰ ਸਟੂਡੈਂਟਸ ਨੂੰ ਕਹਾਂਗਾ ਕਿ ਜੇ ਤੁਹਾਡੇ 6 ਸੀ ਚਾਈਲਡਸ ਦੇ ਵਿੱਚੋਂ ਹੈਗੇ ਤਾਂ ਹੀ ਫਾਈਲ ਕਰੋ ਆਦਰਵਾਇਸ ਤੁਸੀਂ ਇਹਨੂੰ ਰੀਅਟੈਂਪਟ ਕਰੋ ਪੀਟੀ ਨਾਲ ਵੀ ਤੁਸੀਂ ਲਗਾ ਸਕਦੇ ਹੋ ਵੀ ਸਾਡੇ ਵਿਜ਼ਾਜ਼ ਆਏ ਨੇ ਪੀਟੀ ਦੇ ਵਿੱਚ ਵੀ ਸੋ ਮੇਕ ਸ਼ੋਰ ਕਿਸੇ ਵੀ افਵਾਹ ਤੋਂ ਬਚੋ